ਆਪਣੇ ਬਿਲਡਿੰਗ ਦੇ ਵਿੱਚ ਹੀ ਸੋ ਕੁਛ ਨਾ ਕੁਛ ਕ੍ਰੀਏਟ ਕਰਦੇ ਰਹੇ, ਕੁਛ ਨਾ ਕੁਛ ਸੋਚਦੇ ਰਹੇ ਕਿ ਇਹ ਜਿਹੜਾ ਟਾਈਮ ਹੈ ਇਹਨੂੰ ਕਿਸੇ ਚੰਗੇ ਚੰਗੇ ਪਾਸੇ ਹੀ ਲਾਈਏ। ਸੇ ਸੋ ਇਹ ਕੀਤਾ ਤੇ ਇੱਕ ਫਿਰ ਮੈਂ ਉੱਥੇ ਜਦੋਂ ਬੈਠਾ ਸੀ, ਜਦੋਂ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਕਿਉਂਕਿ ਇੱਕ ਸੈਲੀਬ੍ਰੇਸ਼ਨ ਆਪਾਂ ਕਰ ਰਹੇ ਹਾਂ, ਸਕਸੈਸ ਸਟੋਰੀ ਸ਼ੇਅਰ ਕਰਨੀਆਂ ਨੇ ਮੈਂ ਆਪਣੀਆਂ। ਸੋ ਉਹਦੇ ਵਿੱਚ ਮੈਨੂੰ ਟਾਈਮ ਮਿਲਿਆ ਆਪਣੀ ਪੁਰਾਣੀ ਜਰਨੀ ਦੇਖਣ ਦਾ ਹੁਣ ਤੱਕ ਦੀ, ਜਦੋਂ ਮੈਂ ਫ੍ਰੀ ਬੈਠਾ ਸੀ। ਸੋ ਲੱਕੀਲੀ ਮੇਰੇ ਕੋਲੇ ਹੁਣ ਤੱਕ ਦੀਆਂ, ਜਦੋਂ ਦਾ ਮੈਂ ਕਾਲਜ ਤੋਂ ਸੀਗਾ ਹੁਣ ਤੱਕ ਦੀਆਂ ਸਾਰੀਆਂ ਪਿਕਚਰਸ ਮੇਰੇ ਕੋਲ ਮੇਰੇ ਲੈਪਟਾਪ ਦੇ ਵਿੱਚ ਪਈਆਂ ਨੇ, ਜਿੰਨੀਆਂ ਮੈਂ ਕਲਿੱਕ ਕੀਤੀਆਂ ਨੇ। ਸੋ ਉਹਦੇ ਨਾਲ ਕੀ ਕੀਤਾ ਕਿ ਜਦੋਂ ਮੈਂ ਪਿਕਚਰਸ ਦੇਖ ਰਿਹਾ ਸੀ ਤਾਂ ਸਾਰੀਆਂ ਉਹ ਮੈਮਰੀਜ਼ ਤਾਜ਼ਾ ਹੋਈਆਂ, ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੀ ਹੁਣ ਤੱਕ ਦੀ ਜਰਨੀ ਕਿਵੇਂ ਦੀ ਰਹੀ, ਐਂਡ ਉਹ ਸਾਰੀਆਂ ਮੂਮੈਂਟਸ ਯਾਦ ਕੀਤੀਆਂ ਕਿ ਉਸ ਟਾਈਮ ਮੇਰੀ ਥਿੰਕਿੰਗ ਕਿਵੇਂ ਦੀ ਸੀ, ਮੈਂ ਕੀ ਸੋਚਦਾ ਸੀ, ਐਂਡ ਅੱਜ ਬਾਬਾ ਜੀ ਦੀ ਮਿਹਰ ਨਾਲ ਬਹੁਤ ਵਧੀਆ ਜਿੰਨੀ ਵੀ ਸਕਸੈਸ ਮਿਲੀ ਆ ਬਹੁਤ ਵਧੀਆ ਹੋ ਰਿਹਾ। ਸੋ ਉਹ ਮੌਕਾ ਮਿਲਿਆ ਇੱਕ ਆਪਣੀ ਹੁਣ ਤੱਕ ਦੀ ਪੂਰੀ ਜਰਨੀ ਦੇ ਵਿੱਚ ਦੇਖਣ ਦਾ, ਜਰਨੀ ਨੂੰ ਦੇਖਣ ਦਾ। ਸੋ ਉਹ ਇੱਕ ਬਹੁਤ ਵਧੀਆ ਮੈਨੂੰ ਲੱਗਦਾ ਕਿ ਮੇਰਾ ਮੂਮੈਂਟ ਸੀ ਜਦੋਂ ਮੈਂ ਸਾਰੀਆਂ ਚੀਜ਼ਾਂ ਦੇਖੀਆਂ। ਤੇ ਫਿਰ ਐਕਚੁਲੀ ਮੈਂ ਆ ਗਿਆ ਕੈਨੇਡਾ ਜਦੋਂ ਲਾਕਡਾਊਨ ਦੇ ਵਿੱਚ, 2-3 ਮਹੀਨੇ ਉੱਥੇ ਲਾਏ। ਜਦੋਂ ਮੈਂ ਦੇਖਿਆ ਕਿ ਹੁਣ ਥੋੜਾ ਜ਼ਿਆਦਾ ਹੋ ਰਿਹਾ ਤਾਂ ਮੇਰੀ ਫੈਮਿਲੀ ਵੀ ਉਹ ਟੈਨਸ਼ਨ ਕਰਨ ਲੱਗ ਗਈ। ਇਹ ਕਹਿੰਦੇ ਵੀ ਤੇਰਾ ਤੂੰ ਅਸੀਂ ਅਸੀਂ ਚਾਹੁੰਦੇ ਕਿ ਤੂੰ ਇੱਥੇ ਆ ਜਾ, ਕਿਉਂਕਿ ਇੱਥੇ ਜ਼ਿਆਦਾ ਸੇਫ ਆ, ਸਾਡੇ ਕੋਲੇ ਹੋਵੇਗਾ। ਸੋ ਮੈਨੂੰ ਵੀ ਲੱਗਿਆ ਕਿ ਚਲੋ ਕੰਮ ਕਾਰ ਤਾਂ ਹੁੰਦੇ ਰਹਿਣੇ ਆ, ਬਟ ਇਹ ਟਾਈਮ ਆ ਕਿ ਫੈਮਿਲੀ ਨੂੰ ਥੋੜਾ ਲੱਗੇ ਕਿ ਹਾਂ ਸੇਫ ਆ। ਸੋ ਮੈਨੂੰ ਵੀ ਥੋੜਾ ਫੀਲ ਹੋਣਾ ਸ਼ੁਰੂ ਹੋਇਆ ਕਿ ਇਹ ਟਾਈਮ ਮੈਂ ਵੀ ਇਕੱਲਾ, ਮੈਂ ਥੋੜਾ ਟਾਈਮ ਆਪਣਾ ਫੈਮਿਲੀ ਨਾਲ ਸਪੈਂਡ ਕਰੂੰਗਾ। ਸੋ ਮੈਨੂੰ ਏਦਾਂ ਹੀ ਇੰਸਟੈਂਟ ਹੀ ਮੈਂ ਡਿਸੀਜਨ ਲਿੱਤਾ ਕਿ ਚਲੋ ਕੈਨੇਡਾ ਚੱਲਦੇ ਹਾਂ। ਮੈਂ 2 ਦਿਨ ਪਹਿਲਾਂ ਟਿਕਟ ਕਰਵਾਈ, ਤੀਸਰੇ ਦਿਨ ਦੀ ਟਿਕਟ ਮਿਲ ਗਈ, ਮੈਂ ਲੈ ਕੇ ਕੈਨੇਡਾ ਆ ਗਿਆ। ਸੋ ਇੱਥੇ ਆ ਕੇ ਵੀ ਫ੍ਰੀ ਬੈਠਾ ਥੋੜੇ ਦਿਨ, ਤੇ ਇੱਥੇ ਜਿਵੇਂ ਦੱਸਿਆ ਕਿ ਮਿਊਜ਼ਿਕ ਤੋਂ ਦੂਰ ਨਹੀਂ ਰਹਿ ਸਕਦਾ, ਫਿਰ ਮੈਨੂੰ ਏਦਾਂ ਹੋਣ ਲੱਗ ਗਿਆ ਕਿ ਕੀ ਕਰੀਏ ਕੀ ਕਰੀਏ। ਫਿਰ ਇੱਥੇ ਵੀ ਮੈਂ ਆਪਣਾ ਇੱਕ ਛੋਟਾ ਜਿਹਾ ਸੈਟਅਪ, ਆਪਣੇ ਕਲੋਜ਼ਟ ਸੈੱਟ ਕੀਤਾ, ਸਟੂਡੀਓ ਕਹਿ ਸਕਦੇ ਹਾਂ ਛੋਟਾ ਜਿਹਾ। ਸੋ ਮੈਂ ਇੱਥੋਂ ਵੀ ਆਪਣੀ ਹੁਣ ਰਿਕਾਰਡਿੰਗਸ ਐਂਡ ਮਿਊਜ਼ਿਕ ਤੇ ਕੰਮ ਕਰਦਾ ਰਹਿਣਾ। ਹੁਣ ਬਹੁਤ ਜਲਦੀ ਇੱਕ ਲੇਟੈਸਟ ਗਾਣਾ ਆਉਣਾ ਜਿਹੜਾ ਕਿ ਮੈਂ ਆਪਣੇ ਇੱਥੇ ਕਲੋਜ਼ਟ ਵਾਲੇ ਸਟੂਡੀਓ 'ਚ ਰਿਕਾਰਡ ਕੀਤਾ, ਐਂਡ ਉਹਦਾ ਵੀਡੀਓ ਸ਼ੂਟ ਹੋ ਚੁੱਕਿਆ, ਤੇ ਬਾਬਾ ਜੀ ਮਿਹਰ ਕਰਨ ਕੇ ਬਹੁਤ ਜਲਦੀ ਅਸੀਂ ਉਹਨੂੰ ਰਿਲੀਜ਼ ਕਰਾਂਗੇ। ਬਿਲਕੁਲ ਜੱਸੀ ਜੀ, ਅਸੀਂ ਬਹੁਤ ਐਕਸਾਈਟਿਡ ਆ ਤੁਹਾਡੇ ਨਵੇਂ ਪ੍ਰੋਜੈਕਟਸ ਲਈ, ਤੇ ਅਸੀਂ ਆਸ਼ਾ ਕਰਦੇ ਹਾਂ ਕਿ ਜਿਵੇਂ ਪੁਰਾਣੇ ਪ੍ਰੋਜੈਕਟਸ ਨੂੰ ਤੁਹਾਨੂੰ ਸਹਾਰਾ ਮਿਲਦਾ ਰਿਹਾ ਲੋਕਾਂ ਦਾ, ਇੰਨਾ ਪਿਆਰ ਮਿਲਦਾ ਪਿਆ ਲੋਕਾਂ ਵੱਲੋਂ, ਤਾਂ ਅੱਗੇ ਵੀ ਏਦਾਂ ਵੀ ਅੱਗੇ ਪ੍ਰੋਜੈਕਟਸ ਨੂੰ ਵੀ ਬਹੁਤ ਪਿਆਰ ਮਿਲੇ ਤੇ ਤੁਸੀਂ ਹੋਰ ਉੱਚੀਆਂ ਉਚਾਈਆਂ ਤੇ ਪਹੁੰਚੋ। ਤੇ ਜੱਸੀ ਜੀ, ਕੋਈ ਇਹੋ ਜਿਹਾ ਗਾਣਾ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਏ, ਮਤਲਬ ਤੁਸੀਂ ਜਿਹੜਾ ਗਾਇਆ ਹੋਏ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਏ, ਅਸੀਂ ਸਾਰੇ ਤੁਹਾਡੇ ਤੋਂ ਗਾਣਾ ਸੁਣਨਾ ਚਾਹਾਂਗੇ? ਗਾਣੇ ਜਿੰਨੇ ਵੀ ਮੈਂ ਗਾਇਆ ਹੁਣ ਤੱਕ, ਮੈਨੂੰ ਉਹਨਾਂ ਵਿੱਚੋਂ ਬਹੁਤ ਸਾਰੇ ਐਸੇ ਗਾਣੇ ਨੇ ਜਿਹੜੇ ਮੇਰੇ ਪਰਸਨਲ ਬਹੁਤ ਫੇਵਰੇਟ ਨੇ, ਤੇ ਜਿਨ੍ਹਾਂ ਵਿੱਚੋਂ ਮਤਲਬ ਏਦਾਂ ਚੂਜ਼ ਕਰਨਾ ਥੋੜਾ ਮੁਸ਼ਕਿਲ ਹੋਈ, ਬਟ ਮੈਨੂੰ ਗਿਟਾਰ ਸਿੱਖ ਦਾ ਬਹੁਤ ਸੋਹਣਾ ਲੱਗਦਾ ਗਾਣਾ, ਉਹ ਮੈਂ ਸੁਣਾ ਦਿੰਦਾ। ਨੀ ਮੁੰਡਾ ਜੱਟਾਂ ਦਾ ਨੀ ਉਹ ਬਲੀਏ, ਤੇਰੇ ਕਰਕੇ ਗਿਟਾਰ ਸਿੱਖਦਾ, ਅਮਰੀਕੇ ਦਾ ਹੀਰੋ ਸੁਣ ਸੁਣ ਕੇ ਤੈਨੂੰ ਕਰਨਾ ਪਿਆਰ ਸਿੱਖਦਾ, ਜੇ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ, ਤੇਰੇ ਡੈਡ ਵਾਂਗੂ ਡੈਡ ਮੇਰਾ ਰਿਚ ਵੀ ਨਹੀਂ, ਜੇ ਮੇਰੀ ਖਾਲੀ ਪੈਸਾ ਇੱਕ ਵੀ ਨਹੀਂ, ਤੇਰੇ ਡੈਡ ਵਾਂਗੂ ਡੈਡ ਮੇਰਾ ਰਿਚ ਵੀ ਨਹੀਂ, ਤੈਨੂੰ ਸੱਚ ਦੱਸਾਂ ਲੈ ਕੇ ਪੈਸੇ ਨੀ ਮੈਂ ਯਾਰਾਂ ਤੋਂ ਉਧਾਰ ਸਿੱਖਦਾ, ਮੁੰਡਾ ਜੱਟਾਂ ਦਾ ਨੀ ਉਹ ਬਲੀਏ, ਤੇਰੇ ਕਰਕੇ ਗਿਟਾਰ ਸਿੱਖਦਾ। ਮੇਰੇ ਵੱਲੋਂ ਅਰਵਿੰਦ ਤੇ ਮਯੰਕ ਨੂੰ ਬਹੁਤ ਬਹੁਤ ਜੀ, ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਅਰਵਿੰਦ ਤੇ ਮਯੰਕ ਨੂੰ ਜੈਪੁਰ ਤੋਂ। ਜੈਪੁਰ ਬਹੁਤ ਸੋਹਣਾ ਸ਼ਹਿਰ ਆ, ਅਸੀਂ ਉੱਥੇ ਬਹੁਤ ਜਾਂਦੇ ਰਹਿੰਦੇ ਹਾਂ, ਬਹੁਤ ਪਰਫਾਰਮ ਕਰਦੇ ਰਹਿੰਦੇ ਹਾਂ ਉੱਥੇ। ਸੋ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਪਿਆਰ। ਸੋ ਜੱਸੀ ਜੀ, ਉਹਨਾਂ ਵੱਲੋਂ ਕੁਐਸਚਨ ਆਇਆ ਹੈ ਕਿ ਜੱਸੀ ਗਿੱਲ ਤੇ ਬੱਬਲ ਰਾਏ ਦੀ ਫ੍ਰੈਂਡਸ਼ਿਪ ਕਿਵੇਂ ਹੋਈ? ਮੇਰੀ ਤੇ ਬੱਬਲ ਦੀ ਫਰੈਂਡਸ਼ਿਪ, ਮੈਨੂੰ ਲੱਗਦਾ ਕਿ ਜਿੰਨੇ ਸਾਨੂੰ ਫੋਲੋ ਕਰਦੇ ਆ ਆਲਮੋਸਟ ਸਾਰਿਆਂ ਨੂੰ ਪਤਾ ਹੋਊਗਾ ਕਿ ਕਿਉਂਕਿ ਬਹੁਤ ਵਾਰ ਇਹ ਚੀਜ਼ ਸ਼ੇਅਰ ਕੀਤੀ ਗਈ ਆ,
बट मैं फिर दसना चाहूंगा कि मैं ते बबल इस सिंगिंग प्रोफेशन च आउण तो बाद मिले सी, बहुत जाणां नूं लगदा कि असीं पहलां तों जाणदे सी, बट एक असी साडा फ्रेंड सी एक हरजोत जी दी एक एल्बम दी सक्सैस पार्टी सीगी चंडीगढ़ दे विच, जिथे सारे मिले सीगे, जिथे मैं बबल नूं मिलिया पहली बार, सो उत्थों मेरी बबल नाल वधिया गलबात हुई। सो फिर बबल ते मेरा शहर बिल्कुल नेड़े नेड़े आ, मैं खन्ने तो मेरा मेरा पिंड जनराली है, बट खन्ने ऑलमोस्ट सारा दिन खन्ने ही रहिंदे सीगे, सो खन्ने दे नाल ही समराला। सो उस तो बाद साडी गलबात होनी शुरू हुई, फिर असीं मिलदे गए, फिर असीं कुलविंदर बिल्ला कुलविंदर बिल्ले दे विआह ते मिले सारे जाने, जिथों साडी फ्रेंडशिप कह सकदे आ कि होर थोड़ी वधिया हो गई, ते उत्थे सानूं प्रभगिल वी मिलिया, फिर उत्थों असीं बाबा जी मेरे नाल जद्दे असीं कट्टे आ, ते टचवुड बहुत वधिया साडी अंडरस्टैंडिंग आ, ते कह सकदे आ कि फ्रेंड फ्रेंड फ्रेंडशिप तो हुई हुई, ते एक मैनूं बहुत वधिया भरा वड्डा भरा भी मिलिया। सो साडी उदों दी चलदी आ रही ने, सो गल्लां बातां बहुत असीं फन करदे रहिंदे आ, मैं बब्बल प्रभ, सो बीजेपी भी कहिंदे आ सानूं, जिहड़े साडे फैंस ने जो सानूं जाणदे। सो हाँ जी, बहुत उस तो बाद साडी बहुत वधिया चल रही है हुण तक बाबा जी मेरे नाल। ਬਿਲਕੁਲ, ਤੇ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਵੀ ਇੰਡਸਟਰੀ ਵਿੱਚ ਜੱਸੀ ਗਿੱਲ ਦਾ ਨਾਮ ਆਏ ਤਾਂ ਬੱਬਰ ਰਾਮ ਦਾ ਨਾਮ ਬਖੂਬੀ ਆਪਣੇ ਆਪ ਹੀ ਜੁੜ ਜਾਂਦਾ ਕਿ ਤੁਹਾਡੀ ਦੋਸਤੀ ਨੇ ਇੱਕ ਮਿਸਾਲ ਕਾਇਮ ਕੀਤੀ ਇੰਡਸਟਰੀ ਵਿੱਚ। ਇੰਨੇ ਧਮਾਕੇ ਦਾ ਤੁਸੀਂ ਪ੍ਰੋਜੈਕਟ ਲੈ ਕੇ ਆਏ ਹੋ, ਤੇ ਆਸ਼ਾ ਕਰਦਾ ਕਿ ਹੋਰ ਵਧੀਆ ਪ੍ਰੋਜੈਕਟ ਲੈ ਕੇ ਆਓ, ਤੇ ਇੱਦਾਂ ਹੀ ਸਾਨੂੰ ਇੰਟਰਟੇਨ ਕਰਦੇ ਹੋ। ਤੇ ਜਿਹੜਾ ਦੂਸਰਾ ਕੁਐਸਚਨ ਸੀਗਾ ਸਾਡੇ ਵਿਲੇ ਦਾ, ਉਹ ਸੀਗਾ ਕਿ ਉਹਨਾਂ ਦਾ ਇੱਕ ਖੁਆਇਸ਼ ਹੈ